ਮੈਂ ਇਹ ਕਹਿਣਾ ਚਾਹੁੰਦਾ ਸਿਰ ਤੁਹਾਡੇ ਕੋ ਲੱਖਾਂ ਸਾਡੇ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਪਿਛਲੇ ਨਵੰਬਰ ਦੇ ਵਿੱਚ ਮੌਜੂਦਾ ਸਰਕਾਰ ਨੇ ਤੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੇ 올ਡ ਪੈਨਸ਼ਨ ਸਕੀਮ ਜਿਹੜੀ ਉਸ ਦਾ ਐਲਾਨ ਕਰ ਦਿੱਤਾ ਸੀ ਇੱਕ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਕਦੋਂ ਤੱਕ ਇੰਪਲੀਮੈਂਟ ਹੋਏ ਸਾਡੀਆਂ ਮੈਨੂੰ ਇਸ ਗੱਲ ਦਾ ਮਾਣ ਹੈ ਸਾਡੀ ਪਾਰਟੀ ਦੀਆਂ ਤਿੰਨ ਜਗ੍ਹਾ ਸਰ ਗਵਰਨਮੈਂਟਸ ਨੇ ਹਿਮਾਚਲ ਦੇ ਵਿੱਚ ਅਸੀਂ ਮੇ ਦੇ ਵਿੱਚ ਆਏ ਆ ਉਸ ਤੋਂ ਬਾਅਦ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਵੀ ਕਰ ਦਿੱਤੀ ਛੱਤੀਸਗੜ੍ਹ ਚ ਕਰ ਦਿੱਤੀ ਰਾਜਸਥਾਨ ਚ ਕਰ ਦਿੱਤੀ ਸਾਰੇ EMPLOYEES ਨੇ ਕੱਲ ਮੈਨੂੰ ਬੁਲਾਵਾ ਦੇ ਕੇ ਸਿਰ ਜਿਹੜੇ ਤੁਹਾਨੂੰ ਵੀ ਚਾਹ ਪਾਣੀ ਪੀਂਹਦੇ ਸੀ ਮਿਸਟਰ ਸਾਹਿਬ ਨੂੰ ਵੀ ਮੇਰੇ ਵੀਰਾਂ ਨੂੰ ਵੀ ਸਾਡੇ ਕਰਮਚਾਰੀ ਮਿਸਟਰਸ ਨੂੰ ਸਾਡੇ ਬਿਊਰੋਕਰੇਟਸ ਨੂੰ ਹਜ਼ਾਰਾਂ ਦੀ ਤعداد ਦੇ ਵਿੱਚ ਸੈਕਟਰੀਏਟ ਇਕੱਠੇ ਸੀ ਉਹਨਾਂ ਨੇ ਇੱਕੋ ਗੱਲ ਕਹੀ ਕਿ ਬਾਜੋ ਸਾਹਿਬ ਸਾਰੇ ਸਾਡੇ ਵੀਰਾਂ ਨੇ ਤੇ ਦਿਵਾਲੀਆਂ ਘਰਾਂ ਵਿੱਚ ਲੈ ਲੀਆਂ ਤੇ ਮਨਾਈ ਸਾਡਾ ਦੱਸੋ ਸਾਡੇ ਨਾਲ ਐਡਾ ਵੱਡਾ ਮਦਭੇਦ ਕਿਉਂ ਕੀਤਾ ਜਾ ਰਿਹਾ ਸੈਂਟਰ ਵਾਲਿਆਂ ਨੂੰ ਮਿਲਦੀ ਹੈ 46% ਡੀਏ ਸਾਨੂੰ ਉਹ ਕਹਿੰਦੇ ਮਿਲਿਆ ਨਿਹਰਾ 34% ਪਿਛਲੇ ਸਾਲ ਜਨਵਰੀ ਦਾ 4% ਡੀਏ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਪੰਜਾਬ ਦਾ ਰਹਿੰਦਾ ਜੁਲਾਈ ਦਾ 4% ਫੇਰ ਰਹਿਦਾ ਕਨਕਲੂਡ ਕਰੋ ਜੀ ਨਵੇਂ ਸਾਲ ਤੋਂ ਸਿਰ ਤੋਂ ਬੈਂਟ ਕੋਈ ਦੇਖੋ ਹੋਗੇ ਜੀ ਦੋ ਤਾਂ ਤੁਸੀਂ ਤੁਸੀਂ ਸਪੀਕਰ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਇੰਨਾ ਟਾਈਮ ਦਿੱਤਾ ਜਿਹੜੀ ਚੀਜ਼ ਅਨੀਜ਼ੀਨੈਸ ਕਿਉਂ ਕ੍ਰੀਏ ਤੁਸੀਂ ਕਰ ਲਓ ਸਚਾਈ ਦੇ ਵਿੱਚ ਅਨੀਜ਼ੀਨੈਸ ਨਹੀਂ ਹੁੰਦੀ ਤੁਸੀਂ ਨਾ ਤੁਸੀਂ ਉਹਨਾਂ ਦੀ ਆਸਾਂ ਉਮੀਦਾਂ ਨੇ ਇਹ ਜਿੰਨੇ ਬੈਠੇ ਨੇ ਤੁਹਾਡੇ ਥੱਲੇ ਬੈਠੇ ਤੁਸੀਂ ਕਨਕਲੂਡ ਕਰੋ ਤੁਹਾਡੇ ਆਲੇ ਦੁਆਲੇ ਸਾਡੀ ਸਿਕਿਉਰਿਟੀ ਬੈਠੀ ਹੈ ਇਹ ਸਾਨੂੰ ਸਿਕਿਉਰ ਕਰਦੀ ਉਹ ਵੀ ਸਾਨੂੰ ਬਾਹਰ ਕਹਿੰਦੇ ਸਾਡੇ ਕੋਲ ਗੱਲ ਤੇ ਕਰੋ ਅਸੀਂ ਤੁਹਾਡੀ ਸੇਵਾ ਕਰਨੇ ਆ ਪੰਜਾਬ ਦੀ ਸੇਵਾ ਕਰਨੇ ਆ ਕਿਰਪਾ ਕਰਕੇ ਦिए ਤੁਸੀਂ ਕਦੋਂ ਦੋਗੇ 12% ਉਹਨਾਂ ਦਾ ਡੀਏ ਰਹਿਣੇ 올ਡ ਪੈਨਸ਼ਨ ਸਕੀਮ ਤੁਸੀਂ ਖੁਦ ਐਲਾਨੀ ਹੈ ਮੇਰੇ ਕੋਲ ਇੱਥੇ ਕੇਜਰੀਵਾਲ ਸਾਹਿਬ ਦੀ ਖੁਦ ਦੀ ਸਟੇਟਮੈਂਟ ਹੈ ਉਹਨਾਂ ਕਿਹਾ ਕਿ ਆਈ ਪ੍ਰਿੰਸੀਪਲੀ ਅਗਰੀ ਵੀਥ ਦੀ 올ਡ ਪੈਨਸ਼ਨ ਸਕੀਮ ਵੀ ਵਿਲ ਡੂ ਇਟ ਕਾਈਂਡਲੀ ਕਿਰਪਾ ਕਰਕੇ ਮੈਂ ਚਾਹਾਂਗਾ ਇਸੇ ਸਦਨ ਦੇ ਵਿੱਚ ਫਾਈਨਾਂਸ ਮਿਨਿਸਟਰ ਸਾਹਿਬ ਫਾਈਨਾਂਸ ਮਿਨਿਸਟਰ ਸਾਹਿਬ ਜਵਾਬ ਦਿਓ 올ਡ ਪੈਨਸ਼ਨ ਸਕੀਮ ਕਦੋਂ ਤੋਂ ਲਾਗੂ ਹੋਏਗੀ ਥੈਂਕ ਯੂ ਨੰਬਰ 2 ਇਹ ਜਿਹੜਾ ਡੀਏ ਹੈ ਸਾਡੇ EMPLOYEES ਦਾ ਮੇਰੇ ਵੀਰਾਂ ਦਾ ਮੇਰੇ ਸਾਥੀਆਂ ਦਾ 12% ਉਹ ਕਦੋਂ ਤੱਕ ਤੁਸੀਂ ਪੂਰਾ ਕਰੋਗੇ ਕਿਉਂਕਿ ਪੈਸਿਆਂ ਦੀ ਤੁਹਾਡੇ ਕੋਲ ਕਮੀ ਕੋਈ ਨਹੀਂ ਤੁਸੀਂ ਕੱਲ ਹੀ ਦੱਸਿਆ ਸੀ ਕਿ ਵੀ ਆਰ ਮੋਪਿੰਗ ਆ ਪਰ ਲੋਟ ਆਫ ਮਨੀ ਥਰੂ GST রিটারನ್ಸ್ ਪੈਸਿਆਂ ਦੀ ਕਮੀ ਕੋਈ ਨਹੀਂ ਤੇ ਕਿਰਪਾ ਕਰਕੇ ਉਹਨਾਂ ਨੂੰ ਵੀ ਦੀਵਾਲੀ ਦਾ ਫੇਰ ਉਹ ਕਹਿੰਦੇ ਰਹੇ ਸੀ ਅਸੀਂ ਪਹਿਲੇ ਸੋਚਿਆ ਦੀਵਾਲੀ ਦੇਣਗੇ ਫਿਰ ਗੁਰਪੁਰਬ ਆਇਆ ਸ਼ਾਇਦ ਗੁਰਪੁਰਬ ਤੇ ਕੋਈ ਦੇਣ ਤੁਹਾਡੀ ਟੱਪ ਗਈ ਗੁਰਪੁਰਵ ਟੱਪ ਗਈ ਹੁਣ ਦੱਸੋ ਕਿਰਪਾ ਕਰਕੇ ਖਰਦਾਵਾ ਸਾਹਿਬ ਗੋਲਣ ਦੀਏ ਆਪਾਂ ਥੋੜਾ ਥੋੜਾ ਜਿਹਾ ਮੱਠੀ ਸਾਹਿਬ ਬੈਠੇ ਨੇ ਜੇ ਜਵਾਬ ਦਵਾ ਦੋ ਤੁਹਾਡੀ ਗੱਲ ਆ ਗਈ ਜੀ ਜੀ ਜੀਂਦਾਵਾ ਜਿਹੜੀ ਗੱਲ ਤੁਹਾਨੂੰ ਫਿੱਟ ਨਹੀਂ ਬੈਂਦੀ ਉਹਦਾ ਜਵਾਬ ਨਹੀਂ ਦਿੰਦੇ ਉਹ ਸਰ ਆ ਗਿਆ ਜੇ ਨਹੀਂ ਫਿੱਟ ਬੈ ਜਾਂਦੀ ਉਹਦਾ ਤਾਂ ਕਿੱਡਾ ਸੋਚ ਦੇਖੋ ਜੀ